ਆਲ ਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ। ਸ਼ਾਤਰ ਪਤੀ ਪਤਨੀ ਚੜੇ ਪੁਲਿਸ ਦੇ ਅੜਿੱਕੇ। ਪਹਿਲਾਂ ਬਣਾਉਂਦੇ ਸੀ ਅੱਤ ਦਾ ਵਿਸ਼ਵਾਸ ਤੇ ਫਿਰ ਘਰੋਂ ਸਾਰਾ ਮਾਲ ਲੈ ਕੇ ਹੋ ਜਾਂਦੇ ਸਨ ਫਰਾਰ। ਇਹ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਆਈਕਾਨ ਵੀ ਦਬਾ ਲਓ। ਕਹਿੰਦੇ ਨੇ ਬੱਕਰੇ ਦੀ ਮਾਂ ਕਦੋਂ ਤੱਕ ਖੈਰ ਮਨਾਏਗੀ। ਫਿਜ਼ੀਓਥੈਰੇਪੀ ਦੇ ਨਾਂ ਤੇ ਲੋਕਾਂ ਨਾਲ ਪਿਆਰ ਅਤੇ ਵਿਸ਼ਵਾਸ ਬਣਾ ਕੇ ਉਹਨਾਂ ਦੇ ਘਰ ਵੜਨ, ਫਿਰ ਖਾਣ ਪੀਣ ਵਾਲੀ ਚੀਜ਼ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਪਰਿਵਾਰ ਨੂੰ ਲੁੱਟਣ ਜਿਹੇ ਕੰਮ ਕਰਦਾ ਸੀ ਇਹ ਜੋੜਾ। ਪਰ ਆਖਿਰਕਾਰ ਥਾਣਾ ਧਾਰੀਵਾਲ ਦੀ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਹੀ ਲਿਆ। ਬੰਟੀ ਔਰ ਬਬਲੀ ਦੀ ਕਹਾਣੀ ਵਾਂਗ ਇਸ ਪਤੀ ਪਤਨੀ ਨੇ ਲਗਾਤਾਰ ਕਈ ਵਾਰਦਾਤਾਂ ਕੀਤੀਆਂ। ਤੁਸੀਂ ਵੀ ਦੇਖੋ ਗੱਲਬਾਤ ਦੌਰਾਨ SHO ਧਾਰੀਵਾਲ ਸਰਬਜੀਤ ਸਿੰਘ ਨੇ ਕੀ ਸੁਣਾਈ ਇਸ ਸ਼ਾਤਰ ਪਤੀ ਪਤਨੀ ਦੀ ਕਹਾਣੀ। ਤੁਸੀਂ ਦੇਖ ਰਹੇ ਹੋ ਆਲ ਟੂ ਨਿਊਜ਼ ਦੀ ਵਿਸ਼ੇਸ਼ ਰਿਪੋਰਟ। ਮਿਤੀ 7/9 ਨੂੰ ਪਰਮਜੀਤ ਕੌਰ, ਪਤਨੀ ਭੁਪਿੰਦਰ ਸਿੰਘ, ਵਾਸੀ ਕਲਿਆਣਪੁਰ ਮੋੜ, ਰਣੀਏ ਦੇ ਰਹਿਣ ਵਾਲੇ ਆ। ਕਲਿਆਣਪੁਰ ਮੋੜ 'ਤੇ ਇਹਨਾਂ ਨੇ ਆਪਣਾ ਘਰ ਬਣਾਇਆ। ਇਹਨਾਂ ਦੇ ਜਿਹੜੇ ਬਜ਼ੁਰਗ ਸੀਗੇ ਉਹ ਕਾਫੀ ਬਿਮਾਰ ਸੀ, ਇਹਨਾਂ ਦੀ ਫਿਜ਼ੀਓਥਰੈਪੀ ਜਿਹੜੀ ਉਹ ਕਰਵਾਉਂਦੇ ਰਹੇ ਆ ਆਪਣੇ ਵਿਨੇ ਨੰਦਾ ਜੀ, ਸ਼ਾਲੂ ਨੰਦਾ, ਇਹਨਾਂ ਦੇ ਨਾਲ ਇਹਨਾਂ ਦੇ ਇੱਕ ਡਰਾਈਵਰ ਮੁੰਡਾ ਸੁਖਦੇਵ ਸਿੰਘ ਆ। ਇਹ ਤਿੰਨੇ ਜਣੇ ਜਾ ਕੇ ਉੱਥੇ ਇਹਨਾਂ ਦੇ ਘਰ ਪਹਿਲਾਂ ਤਾਂ ਇਹਨਾਂ ਨੂੰ ਕਲੀਨਿਕ 'ਤੇ ਵਿਖਾਉਂਦੇ ਰਹੇ। ਉਹਨਾਂ ਨੂੰ ਲਿਆਉਣ ਦਾ ਇੱਕ ਬਹਾਨਾ ਬਣਾਇਆ ਜੀ ਆਪਾਂ ਇਹਨੂੰ ਘਰ ਹੀ ਆਪਾਂ ਜੀ ਜਿਹੜੀ ਇਹਦੀ ਫਿਜ਼ੀਓਥਰੈਪੀ ਉਹ ਕਰਾਂਗੇ। ਘਰ ਦੇ ਵਿੱਚ ਇਹਨਾਂ ਨੇ ਕੁਝ ਸਮਾਂ ਘਰ 'ਚ ਕੀਤਾ ਇਹਨਾਂ ਨੇ ਫਿਜ਼ੀਓਥਰੈਪੀ, ਉਹਦੀ ਡੇਲੀ ਆਉਣਾ ਜਾਣਾ ਬਣਾ ਕੇ ਉਹਨਾਂ ਦੇ ਘਰ ਇਹਨਾਂ ਨੂੰ ਚਾਹ ਦੇ ਵਿੱਚ ਕੋਈ ਨਸ਼ੀਲੀ ਦਵਾਈ ਦੇ ਕੇ ਅਤੇ ਜਿਹੜਾ ਉਹਨਾਂ ਦੇ ਘਰ 'ਚੋਂ ਗਹਿਣੇ ਕੋਈ ਤਕਰੀਬਨ 70 ਗ੍ਰਾਮ ਗਹਿਣੇ ਜਿਹੜੇ ਮਦਈ ਦੇ ਕਹਿਣ ਮੁਤਾਬਕ ਉਹ ਇਹਨਾਂ ਨੇ ਚੋਰੀ ਕਰ ਲਏ ਔਰ ਬੇਹੋਸ਼ੀ ਦੀ ਹਾਲਤ 'ਚ ਉਹਨਾਂ ਨੂੰ ਛੱਡ ਕੇ ਉੱਥੋਂ ਇਹ ਦੌੜੇ ਆ। ਕੁਝ ਰੁਪਈਏ ਵੀ ਜਿਹੜੇ ਕੋਈ 60-65 ਹਜ਼ਾਰ ਰੁਪਈਆ ਦੱਸਦੇ ਅਲਮਾਰੀ ਦੇ ਵਿੱਚੋਂ ਉਹਨਾਂ ਨੇ ਕੱਢ ਲਿਆ। ਇਹ 24/9 ਨੂੰ ਮੁਕੱਦਮਾ ਦਰਜ ਕੀਤਾ ਜਦੋਂ ਦੇ ਭਗੌੜੇ ਚਲੇ ਜਾ ਰਹੇ ਸੀ। ਕੱਲ੍ਹ ਇਹਨਾਂ 'ਤੇ ਸੋਰਸਿਸ ਲਗਾਏ ਸੀਗੇ ਅਤੇ ਇਹਨਾਂ ਨੂੰ ਗ੍ਰਿਫਤਾਰ ਕੀਤਾ। ਇਹ ਉਨੇ ਤੋਂ ਆ ਰਹੇ ਇਹਨਾਂ ਨੇ ਚਾਰ ਜਗ੍ਹਾ 'ਤੇ ਇਹਨਾਂ ਨੇ ਇਹੋ ਜਿਹੀਆਂ ਠੱਗੀਆਂ ਮਾਰੀਆਂ ਨੇ ਜੀ। ਚੋਰੀ ਕੀਤਾ ਸਮਾਨ ਸ਼੍ਰੀ ਹਰਗੋਬਿੰਦਪੁਰ 'ਚ ਮੁਕੱਦਮਾ ਦਰਜ ਆ ਜੀ। ਥਾਣਾ ਸਿਟੀ ਮਾਨਕੋਟ ਸਿੰਘ ਏਰੀਏ ਦੇ ਵਿੱਚ ਵੀ ਇਹਨਾਂ ਕੀਤਾ ਅਤੇ ਥਾਣਾ ਸਿਟੀ 'ਚ ਮੁਕੱਦਮਾ ਦਰਜ ਆ ਜੀ। ਇੱਕ ਮੁਕੱਦਮਾ ਸਾਡੇ ਦਰਜ ਆ, ਇੱਕ ਕੱਲ੍ਹ ਵੀ ਇਹ ਜਿੱਥੋਂ ਕਿਤੇ ਆ ਰਹੇ ਆ ਛੱਕੀ ਹਾਲਤ 'ਚ ਆ ਰਹੇ ਸੀ। ਹੋ ਸਕਦਾ ਉੱਥੇ ਵੀ ਕੋਈ ਹਿਮਾਚਲ 'ਚ ਇਹਨਾਂ ਨੇ ਕੋਈ ਇਹੋ ਜਿਹੀ ਵਾਰਦਾਤ ਨੂੰ ਅੰਜਾਮ ਦਿੱਤਾ ਹੋਵੇ। ਤਸਦੀਕ ਕੀਤਾ ਜਾ ਰਿਹਾ ਆ। ਇਹਦਾ ਨਾਂ ਜਿਹੜਾ ਜੈਂਟ ਸਿੰਘ ਦਾ ਨਾਂ ਵਿਨੇ ਨੰਦਾ ਵਾ, ਉਹਦੀ ਵਾਈਫ ਹੀ ਆ ਨਾਲ, ਉਹਦਾ ਨਾਂ ਸ਼ਾਲੂ ਨੰਦਾ, ਜਿਹੜੇ ਨਾਲ ਤੀਸਰਾ ਵਾ ਉਹ ਅਕਿਊਜ਼ਡ ਆ, ਉਹ ਸੁਖਦੇਵ ਸਿੰਘ ਆ। ਉਹਦੇ ਬਾਰੇ ਤਸਦੀਕ ਕਰ ਰਹੇ ਹਾਂ ਕਿ ਉਹ ਕੀ ਉਹ ਇਹ ਵਾਰਦਾਤ ਦੇ ਅੰਜਾਮ ਦੇਣ ਦੇ ਵਿੱਚ ਉਹਦਾ ਕੋਈ ਹੱਥ ਸੀ ਕਿ ਜਾਂ ਉਹ ਡਰਾਈਵਿੰਗ ਕਰਦਾ। ਕੋਲੋਂ 70 ਗ੍ਰਾਮ ਸੋਨੇ ਦੇ ਵਿੱਚੋਂ 13 ਗ੍ਰਾਮ ਸੋਨਾ ਜਿਹੜਾ ਰਿਕਵਰ ਹੋ ਚੁੱਕਾ। ਬਾਕੀ ਜਿਹੜਾ ਇਹਦਾ ਕਮਰ ਸਾਰੇ ਕਿਰਾਏ 'ਤੇ ਘਰ ਲੈ ਕੇ ਰਹਿ ਰਹੇ ਸੀਗੇ, ਉੱਥੇ ਉਹਦੇ ਘਰ ਦਾ ਪਤਾ ਲਾਇਆ ਜਾ ਰਿਹਾ। ਇੱਕ ਦਿਨ ਦਾ ਪੁਲਿਸ ਰਿਮਾਂਡ ਇਹਨਾਂ ਦਾ ਲਿਆ ਔਰ ਉੱਥੋਂ ਜਾ ਕੇ ਜੋ ਵੀ ਰਿਕਵਰੀ ਹੋਊਗੀ ਉਹ ਸਭਾ ਮਿਸਲ 'ਤੇ ਲਿਆਂਦੀ ਜਾਊਗੀ ਔਰ ਕੋਸ਼ਿਸ਼ ਕੀਤੀ ਜਾਊਗੀ ਵੱਧ ਤੋਂ ਵੱਧ ਜਿੰਨਾ ਵੀ ਇਹਨਾਂ ਨੇ ਲੁੱਟ ਦਾ ਮਾਲ ਆਪਣੇ ਕੋਲ ਰੱਖਿਆ ਆ ਉਹ ਸਾਰਾ ਰਿਕਵਰ ਕਰਕੇ ਜਿਹੜਾ ਆ ਮਦਈਆਂ ਦੇ ਹੈਂਡ ਓਵਰ ਕੀਤਾ ਜਾਊਗਾ ਜੀ, ਪਰਮਿਸ਼ਨ ਕੋਰਟ ਦੀ ਪਰਮਿਸ਼ਨ ਦੇ ਤਹਿਤ।